गुड मॉर्निंग, सवेरे सवेरे वाहेगुरु के घर मत्था टेकिया, चलिए दुध पाइए बाबे। मॉर्निंग हो गई है, हैवी नाइट डे। इधर जवाक भी चल चल कहां इधर लग चले कौन फोन आया से चलना स्कूल है चलना स्कूल है कितने बजे है छे बजे इन्हें हूँ हमारा सतमी जी आंडा ले रहा आंडा ले लिया आंडा कि अच्छे पेपर चो मैं पता कि आंडा ले लिया ओके अज पहले चल गए मैं यहाँ लेट हो गया काम करता है चले हम चल कल सही सही हम स्कूल जाना अच्छे तू नहीं भरती पाई चलो जाके इन्हें भेज दी स्कूल तुम्हें जाना ही होना चल ठीक कल मिलते हैं ओके आगे चीज इन जड़ी चक्कियां चॉकलेट एडी लंबी चॉकलेट दिखाई दिखाई मड़े बर्ज खलीफे बना पूरा सेट ले आंदा भांडे वाला साबण हो गया ना नॉर्मली धोईदा है ते ओ थोड़ी जी ओ लेंदी इकट्ठी करके है नहीं सिरेता आ सवाह आ ते हुण मैं तुहानू दिखालदा मैं करन की लगा ਕਿਸੇ ਸਿਆਣੇ ਬੰਦੇ ਦੀ ਮੈਂ ਵੀਡੀਓ ਦੇਖੀ ਸੀ ਉਹ ਕਹਿੰਦਾ ਜਦੋਂ ਤੁਸੀਂ ਸਾਬਣ ਦੇ ਨਾਲ ਨਾ ਬੁੜੀਆਂ ਧੋਂਦੀਆਂ ਭਾਂਡੇ ਅਤੇ ਉੱਤੇ ਪਾਣੀ ਉਵੇਂ ਖੜਾ ਰਹਿੰਦਾ ਹੈ ਜਿੱਦਾਂ ਸਾਬਣ ਪਲਾਈ ਜਾਂਦੇ ਲੋਕੀ ਉਹਦੇ ਨਾਲ ਕਿੰਨੀਆਂ ਬਿਮਾਰੀਆਂ ਲੱਗਦੀਆਂ ਕਈ ਕੁਛ ਹੁੰਦਾ ਹੈ ਨਾ ਕਹਿੰਦਾ ਪੁਰਾਣੇ ਟਾਈਮ ਦੇ ਵਿੱਚ ਬੁੜੀਆਂ ਸਵਾਹ ਹੋ ਗਈ ਜਾਂ ਰੇਤੇ ਦੇ ਨਾਲ ਧੋਂਦੇ ਧੋਣ ਲੱਗ ਪਏ ਹੁਣ ਜਿੱਦਾਂ ਅੱਗੇ ਧੋਂਦੇ ਸੀ ਸੋਰੀ ਰੇਤੇ ਦੇ ਨਾਲ ਹੈ ਨਾ ਸਾਰਾ ਐਨ ਭਾਂਡਾ ਕਹਿੰਦੇ ਅਸਲ 'ਚ ਉਹਦੇ ਨਾਲ ਐਨ ਸਾਫ਼ ਹੁੰਦਾ ਆ ਸੋ ਮੈਂ ਕਿਹਾ ਕਰਕੇ ਦੇਖਦਾ ਮਾੜਾ ਜਿਹਾ ਮੈਂ ਉਹ ਕਰਨ ਲੱਗਾ ਸੀ ਐਕਸਪੈਰੀਮੈਂਟ ਜਿਹਾ ਮੈਂ ਕਿਹਾ ਦੇਖ ਲੈਂਦੇ ਕਰਕੇ ਸੱਚੀ ਇਹ ਗੱਲ ਹੈ ਇੱਦਾਂ ਅਤੇ ਬਾਕੀ ਬਾਅਦ 'ਚ ਦੱਸਦਾ ਦੇਖੋ ਵੀਡੀਓ ਆ ਜਾਓ ਪਾਣੀ ਖੜਾ ਨਾ ਉਹਨਾਂ ਦੇ ਵਿੱਚ ਉਹ ਤੇ ਆ ਦੇਖਿਓ ਬਾਬੇ ਧਿਆਨ ਦੇਣਾ ਧੰਦੀ ਦਾ ਹੋਊਗਾ ਪਾਣੀ ਹਜੇ ਵੀ ਉਹਨਾਂ ਦੇ ਉੱਪਰ ਸਾਬਣ ਉਹ ਜੰਮੇ ਇੱਦਾਂ ਹੀ ਖੜਾ ਆ ਅਤੇ ਆਹ ਭਾਂਡੇ ਦੇਖ ਲਾ ਨਹੀਂ ਦੱਸ ਆਹ ਚਮਕਦੇ ਹੈ ਨਾ ਜਿਵੇਂ ਪਾਣੀ ਨਹੀਂ ਖੜਾ ਹੋਇਆ ਸਾਬਣ ਤਦਿਆਈ ਤਦਿਆਈ ਜਿਹਨੂੰ ਕਹਿ ਦਿੰਦੇ ਤਦਿਆਈ ਹਾਂ ਅਤੇ ਇਹ ਬਿਮਾਰੀ ਦਾ ਘਰ ਆ ਆਹ ਦੇਖ ਲਓ ਹਜੇ ਤੁਹਾਨੂੰ ਮੈਂ ਲਾਗੇ ਦਿਖਾ ਦਿੰਦਾ ਹਲ ਕੇ ਆਹ ਸਾਬਣ ਜਿਹੜਾ ਧੋਤਾ ਭਾਂਡਾ ਆਹ ਦੇਖ ਲਓ ਸਾਰਾ ਹਜੇ ਪਾਣੀ ਉੱਪਰ ਖੜਾ ਹੋਇਆ ਆਹ ਦੇਖ ਲਓ ਆਹ ਤੰਦੀ ਤੇ ਆਉਣਾ ਆਹ ਸਾਰੀ ਤਦਿਆਈ ਆ ਉੱਪਰ ਲੱਗੀ ਨਾਲ ਚੰਗੀ ਤਰ੍ਹਾਂ ਧੋਤਾ ਆ ਅਤੇ ਆਹ ਦੇਖ ਲਓ ਉਹਦੇ ਨਾਲ ਸਾਫ਼ ਕੀਤਾ ਹੈਗਾ ਪਾਣੀ ਜਮ੍ਹਾਂ ਖੜਾ ਹੋਇਆ ਉੱਤੇ ਪਾਣੀ ਦੇਖ ਲਓ ਖੜਾ ਹੋਇਆ ਭਾਂਡਿਆਂ 'ਤੇ ਆਹ ਭਾਂਡੇ ਸਾ ਜਿਹੜੇ ਇੰਨਾ ਮਾਂਜੇ ਸਵਾਹ ਨਾ ਇਹ ਦੇਖ ਲਓ ਸੋ ਇਹ ਫਰਕ ਆ ਆਪਣੇ ਜਿੱਦਾਂ ਥੋੜ੍ਹਾ ਜਿਹਾ ਨਾ ਉਹ ਸਮਝ ਲੈਂਦੇ ਜਿੱਦਾਂ ਕਹਣਾ ਸਵਾਹ ਨਾ ਮਾਂਜਣੇ ਇੱਦਾਂ ਥੋੜ੍ਹਾ ਜਿਹਾ ਓਲਡ ਟੱਚ ਜਿਹਾ ਹੈ ਨਾ ਕਿ ਭੈੜਾ ਲੱਗੂਗਾ ਇੱਦਾਂ ਉੱਦਾਂ ਪਰ ਸਾਰੇ ਸਾਬਣੇ ਧੋਂਦੇ ਆ ਜਾਂ ਜਿਹੜਾ ਦੂਜਾ ਹੁੰਦਾ ਲਿਕਰ ਟੈਪ ਉਹਨਾਂ ਧੋਂਦੇ ਆ ਨਾ ਪਰ ਮੈਂ ਕਿਹਾ ਕਰਕੇ ਦੇਖਦੇ ਹਾਂ ਪਰ ਇਹ ਚੀਜ਼ ਸਹੀ ਆ ਕਿ ਜਿਹੜੇ ਅਸਲ ਭਾਂਡੇ ਧੋਂਦੇ ਉਹ ਇਹਦੇ ਨਾਲ ਹੀ ਧੋਂਦੇ ਆ ਰੇਤਾ ਹੋਵੇ ਅਤੇ ਜਾਂ ਹੋਵੇ ਆ ਮੇਰਾ ਇਹ ਮਤਲਬ ਨਹੀਂ ਆਇਆ ਕਿ ਸਰਫ ਨਾ ਮਾਂਜਣ ਲੱਗ ਪਓ ਮੈਂ ਨਾ ਸਿਆਣੇ ਬੰਦੇ ਦੀ ਵੀਡੀਓ ਦੇਖੀ ਸੀਗੀ ਕਿਸੇ ਦੀ ਮੈਂ ਚਲ ਕਰਕੇ ਦੇਖਦੇ ਹਾਂ ਸੱਚੀ ਇੱਦਾਂ ਗੱਲ ਆ ਨਾ ਕਿਉਂਕਿ ਆਪਾਂ ਵੀ ਸਾਰੇ ਸਾਬਣਾਂ ਨੇ ਧੋਣੇ ਆ ਨਾ ਜਾਂ ਲਿਕਰ ਨਾਲ ਧੋਣੇ ਆ ਮੇਰੇ ਮਨ 'ਚ ਸੀਗਾ ਮੈਂ ਚਲ ਕਰਕੇ ਦੇਖਦੇ ਹਾਂ ਬਾਕੀ ਤੁਸੀਂ ਭਾਵੇਂ ਕਰਕੇ ਦੇਖ ਲਿਓ ਸਾਬਣ ਭਾਵੇਂ ਜਿੰਨੀ ਵਾਰੀ ਮਰਜ਼ੀ ਲਾ ਲਿਓ ਧਿਆਈ ਜੀ ਜਿਹੜਾ ਚੰਗੀ ਤਰ੍ਹਾਂ ਨਹੀਂ ਹੁੰਦਾ ਜਿਹੜਾ ਸੁੱਕੇ ਦੇ ਨਾ ਪਰ ਫਿਰ ਵੀ ਸਾਬਣ ਨਾਲ ਰਹਿੰਦਾ ਆ ਤੁਹਾਨੂੰ ਉੱਦਾਂ ਪਾਣੀ ਲੱਗੇ ਤਾਂ ਪਤਾ ਲੱਗ ਜਾਂਦਾ ਆਪਾਂ ਨਿਸ਼ਾਨ ਛੱਪ ਜਾਂਦੇ ਆ ਪਰ ਇਹਦੇ ਨਾਲ ਰੇਤਾ ਦੇ ਨਾਲ ਇਹ ਸਾਫ਼ ਹੁੰਦਾ ਪਰ ਇੱਕ ਗੱਲ ਇਹ ਵੀ ਹੈ ਨਾ ਕਰ ਦਿੰਦਾ ਅਸੀਂ ਅਸੀਂ ਕਿਹੜਾ ਹੁਣ ਸਰਫ ਨਾਲ ਕੰਨ ਲੱਪਣਾ ਵੈਸੇ ਨੋਰਮਲੀ ਮੇਰੇ ਉੱਠਿਆ ਹੀ ਦਿਮਾਗ 'ਚ ਮੈਂ ਕਰਕੇ ਦੇਖਦੇ ਹਾਂ ਚੱਲ ਚਲੋ ਕਰਦੇ ਹਾਂ ਫਿਰ ਹੁਣ ਘੜੀ ਕਰਦੇ ਹਾਂ ਰੈਸਟ ਤਾਂ ਪਹਿਲਾਂ ਦਿੰਦਾ ਆ ਸ਼ਾਮ ਨੂੰ ਕਰਾਂਗੇ ਬਲੌਕ ਆਂਟੀ ਨੂੰ ਬਾਏ ਗੁੱਡ ਡੇ ਬਣਾਏ ਗਾਇਸ ਹੁਣ ਦੇਖੋ ਇੱਧਰ ਐਨ ਪੱਧਰ ਹੋ ਗਿਆ ਨਾ ਪਹਿਲਾਂ ਦੇਖ ਲਓ ਕੱਡਾ ਕੱਡਾ ਸੀਗਾ ਐਨ ਚੱਕਤਾ ਸਪਰੇਅ ਨੇ ਅਤੇ ਹੁਣ ਇਹ ਤੋਂ ਬਾਅਦ ਸੁੱਕਾ ਜਿਹੜਾ ਥੋੜ੍ਹਾ ਬਹੁਤ ਉਹਨੂੰ ਅੱਗ ਲਾ ਦਾਂਗੇ ਲੈ ਫੜਾ ਡੱਬਾ ਨਿੰਬੂ ਤੋੜਨੇ ਨਿੰਬੂ ਮੁੱਕ ਗਿਆ ਕਿਉਂਕਿ ਤੁਹਾਨੂੰ ਪਤਾ ਨਹੀਂ ਸਵੇਰੇ ਪੀ ਲਿਆ ਮੈਂ ਪਰ ਖਵਾ ਲਿਖਿਆ ਇਹਨੂੰ ਫੜ ਲਿਆ ਹੈ ਪੁਲਿਸ ਨੇ ਬਹੁਤ ਗਲਤ ਕੀਤਾ ਹੈ ਆਪਾਂ ਉਹਦੀ ਸਪੋਰਟ ਕਰਦੇ ਹਾਂ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਸੱਚੇ ਬੰਦੇ ਨੇ ਇੱਦਾਂ ਹੀ ਕਰਦੇ ਯਾਰ ਅੰਮ੍ਰਿਤਪਾਲ ਨੂੰ ਵੀ ਜਦੋਂ ਫੜਿਆ ਸੀ ਹੋਰ ਦੇਖ ਲਓ ਕੋਈ ਬੰਦਾ ਨਹੀਂ ਬੋਲਿਆ ਸੀ ਇਹ ਬੰਦਾ ਮੈਂ ਇੱਕ ਗੱਲ ਇਹਨੂੰ ਮੈਂ ਲਾਈਕ ਤਾਂ ਕਰਦਾ ਇਹ ਕਦੇ ਇੱਦਾਂ ਨਹੀਂ ਕਰਦਾ ਪਾਰਟੀ ਵਾਈਜ਼ ਹੀ ਨਹੀਂ ਕਰਦਾ ਆਪਣੀ ਪਾਰਟੀ ਤੋਂ ਉੱਤੇ ਉੱਠ ਕੇ ਬੋਲਦਾ ਸੁਖਪਾਲ ਖਹਿਰਾ ਘੈਂਟ ਬੰਦਾ ਜਿਹਦਾ ਕਹੋ ਸਨ ਜੱਟ ਆ ਇੱਦਾਂ ਦਾ ਸੀਐਮ ਹੋਣਾ ਚਾਹੀਦਾ ਪੰਜਾਬ ਦਾ ਗਾਡਰ ਜਿਹਾ ਇਹ ਥੋੜ੍ਹੀ ਪਹਿਲਾਂ ਬਿਆਨਬਾਜ਼ੀ ਕੁਛ ਅਤੇ ਮੁੜ ਕੇ ਸਰਕਾਰ ਬਣ ਜਾਵੇ ਕੁਛ ਝੂਠ 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 ਹੈ ਨਾ ਮੈਂ
ਕਹਿ ਦੋ ਕਿ ਸੁਖਪਾਲ ਕਹਿ ਰਹਾ ਜਿੰਦਾਬਾਦ ਚਲ ਉਹਨਾਂ ਮਾਂ ਪੁੱਤ ਨੂੰ ਲੈਣ ਜਿੰਦਾਬਾਦ ਕਿਦਾਂ ਆਓ ਸਵੇਰੇ ਪੁਲਿਸ ਖੜੀ ਹੋਵੇ ਕੋਈ ਬਲੌਗਰ ਹੋ ਨਹੀਂ ਕੋਈ ਬੋਲਦਾ ਜਿੰਦਾ ਮੈਂ ਬੋਲਦਾ ਹਰੇਕ ਵਾਰੀ ਹਾਂ ਕੋਈ ਨਹੀਂ ਚੱਲ ਕੋਈ ਨਹੀਂ ਖੈਰ ਕਰਕੇ ਇੱਕ ਪਰਚਾ ਕਰਾ ਲਾਂਗੇ ਕੋਈ ਚੱਕਰ ਨਹੀਂ ਅੰਬੂ ਚੈੱਕ ਕਰੋ ਬਾਬੇ ਕੱਟਾ ਦੇ ਘੈਣ ਘੈਣ ਨਿੰਬੂ ਆਹ ਲੈ ਫੜ ਧੋਣੇ ਆ ਨਾ ਚੰਗੀ ਤਰ੍ਹਾਂ ਸਵਾਰ ਕੇ ਧੋਣਾ ਵਿੱਚ ਹੈਗਾ ਖੱਖਰ ਹੈ ਜੇ ਬਣਿਆ ਨਿੰਬੂ ਐਡੇ ਐਡੇ ਵੱਡੇ ਹੋਣਗੇ ਹਨ ਹਾਂ ਆਹ ਦੇ ਕੁੱਟ ਕੁੱਟ ਨਿੰਬੂ ਹੈ ਬਾਬਾ ਜੀ ਸਰਪੰਚ ਜੀ ਹਾਂ ਖੜਾ ਕਰ ਦਈਏ ਸੱਚੀ ਆ ਵੀ ਕਹਿੰਦੇ ਹਜੂਰ ਸਾਹਿਬ 60 ਸਾਲ ਦਾ ਬਾਬਾ ਦੀ ਤਰ੍ਹਾਂ ਆਹੋ ਬਾਬਿਆਂ ਨੇ ਕਿਹਾ ਕਹਿੰਦਾ ਜਿਹੜਾ ਮੇਰਾ ਸਿੰਘ ਹੈ ਅਸਲੀ ਸਿੰਘ ਜਿਹੜਾ ਮੇਰਾ 60 ਸਾਲ ਤੋਂ ਪਹਿਲਾਂ ਪਹਿਲਾਂ ਆਉਂਦਾ ਆ ਉਹਦੀ ਹਾਜ਼ਰੀ ਕਬੂਲ ਆ ਸਾਰੀਆਂ ਯਾਤਰਾ ਉਹਦੀਆਂ ਕਬੂਲ ਆ ਕਿਤੇ ਵੀ ਚਲ ਜਾਵੇ ਹਜੂਰ ਸਾਹਿਬ 60 ਫੇਰ ਵੀ ਚਲੋ ਹੁੰਦੀ ਆ ਕਬੂਲ ਪਰ ਉੱਦਾਂ ਕਹਿੰਦੇ ਆ ਕਿ ਹਾਂ ਵੀ ਬਾਅਦ ਵੀ ਜਾ ਸਕਦੇ ਆ ਪਰ ਪਹਿਲਾਂ ਪਹਿਲਾਂ ਹੁੰਦਾ ਉੱਦਾਂ ਤੁਹਾਡੀ ਯਾਤਰਾ ਕਰਨ ਦਾ ਕੋਈ ਫਾਇਦਾ ਨਹੀਂ ਕਹਿੰਦੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਉੱਥੇ ਵੀ ਮੇਰਾ ਦਿਲ ਕਰਦਾ ਹਾਜ਼ਰੀ ਚੌਪਹਿਰਾ ਸਾਹਿਬ ਚੱਲਦਾ ਆ ਤੁਹਾਨੂੰ ਪਤਾ ਹੋਣਾ ਚੁਪਹਿਰਾ ਸਾਹਿਬ ਜਿਹਨੂੰ ਨਹੀਂ ਪਤਾ ਉਹ ਵੀ ਦੱਸ ਦੂੰਗਾ ਕੋਈ ਨਹੀਂ ਅਤੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਇੱਦਾਂ ਦੇਖ ਲਓ ਸੰਗਤਾਂ ਬੈਠੀਆਂ ਰਹਿੰਦੀਆਂ ਚੁਪਹਿਰਾ ਸਾਹਿਬ ਜਦੋਂ ਚੱਲਦਾ ਸ਼ਹੀਦ ਬਾਬਾ ਅੰਮ੍ਰਿਤਸਰ ਬਾਬਾ ਜੀ ਦਾ ਸਥਾਨ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਤੇ ਉੱਥੇ ਵੀ ਮੇਰਾ ਮਨ ਆ ਕਿ ਹਾਜ਼ਰੀ ਕਿਸੇ ਦਿਨ ਲਵਾਉਣੀ ਆ ਸਾਰਾ ਚੁਪਹਿਰਾ ਸਾਹਿਬ ਉੱਥੇ ਜਾਣੀ ਪੂਰਾ ਜਦੋਂ ਚੁਪਹਿਰਾ ਸਾਹਿਬ ਹੋ ਉੱਠਿਆ ਉਦੋਂ ਹਾਜ਼ਰੀ ਲਵਾਉਣੀ ਉੱਥੇ ਹੈ ਨਾ ਸਾਰੀ ਜਾਣੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਅਰਦਾਸ ਹੋਣੀ ਆ ਚੁਪਹਿਰਾ ਸਾਹਿਬ ਹੈ ਨਾ ਉਦੋਂ ਪਰ ਇੱਕ ਗੱਲ ਮੈਂ ਨੋਟ ਕੀਤੀ ਹੈ ਮੈਂ ਕੱਲ੍ਹ ਹੀ ਬੰਦੇ ਦੇ ਦਿਆਂ ਜੇ ਤੁਸੀਂ ਚੁਪਹਿਰਾ ਸਾਹਿਬ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਰਦਾਸ ਕਰਦੇ ਨਾ ਤਾਂ ਕੋਈ ਤੁਹਾਨੂੰ ਦੁੱਖ ਆ ਕੋਈ ਬਿਮਾਰੀ ਆ ਕੋਈ ਵੀ ਕੰਮ ਆ ਤੁਹਾਡਾ ਇੱਦਾਂ ਨਹੀਂ ਕਦੀ ਹੋਊਗਾ ਕਿ ਹਾਂ ਵੀ ਨਾ ਕੰਮ ਹੋਵੇ ਜਾਂ ਤੁਸੀਂ ਨਾ ਠੀਕ ਹੋਵੇ ਜਿੱਦਾਂ ਦੀ ਮਰਜ਼ੀ ਬਿਮਾਰੀ ਹੋਵੇ ਬੰਦਾ ਸੀ ਕੱਲ੍ਹ ਉਹਦੇ ਇੱਥੇ ਗਲ 'ਚ ਸੀਗਾ ਕੈਂਸਰ ਨਹੀਂ ਹੁੰਦਾ ਗਲ ਦੇ ਵਿੱਚ ਸੀਗਾ ਫਸਟ ਸਟੇਜ ਸੀਗੀ ਅਤੇ ਉਹਨੂੰ ਡਾਕਟਰਾਂ ਨੇ ਕਿਹਾ ਤੇਰਾ ਅਪਰੇਟ ਕਰਨਾ 6 ਮਹੀਨੇ ਦੇ ਵਿੱਚ ਅਤੇ ਉਹ ਬੰਦਾ ਦੇਖ ਲਓ ਉੱਥੇ ਚੁਪਹਿਰਾ ਸਾਹਿਬ ਹਾਜ਼ਰੀ ਲਵਾਉਂਦਾ ਸੀ ਮਹਾਰਾਜ ਦੇ ਗਾੜੀ ਅਤੇ ਐਂ ਬਿਲਕੁਲ ਠੀਕ ਹੋ ਗਿਆ ਉਹ ਕੱਲ੍ਹ ਵੀਡੀਓ ਪਾਈ ਸੀ ਉਹ ਬੰਦੇ ਨੇ ਅਤੇ ਕਿਉਂਕਿ ਸ਼ਹੀਦਾਂ ਸਿੰਘਾਂ ਤੁਹਾਨੂੰ ਪਤਾ ਪਹਿਰਾ ਹੁੰਦਾ ਤਾਂ ਆਪਣੇ ਜਿੱਦਾਂ ਹੁਣ ਆਪਾਂ ਤਲਣ ਸਾਹਿਬ ਚੱਲ ਜਾਈਏ ਉੱਥੇ ਵੀ ਬਾਬਾ ਨਿਹਾਲ ਸਿੰਘ ਜੀ ਹੈ ਨਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਅਤੇ ਆਪਾਂ ਸੂਸਾਂ ਚੱਲ ਜਾਈਏ ਬਾਬਾ ਜਵਾਹਰਦਾਸ ਜੀ ਇੱਥੇ ਵੀ ਡਬਲ ਪਹਿਰਾ ਹੁੰਦਾ ਇਹਦਾ ਬਾਬਾ ਜੀ ਦਾ ਜਵਾਹਰਦਾਸ ਜੀ ਦਾ ਹੋ ਗਿਆ ਅਤੇ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਨਾ ਕਿਉਂਕਿ ਮਹਾਰਾਜ ਵੀ ਉੱਥੇ ਬਾਬਿਆਂ ਦਾ ਸਥਾਨ ਵੀ ਆ ਡਬਲ ਪਹਿਰਾ ਹੁੰਦਾ ਹੈ ਕੋਈ ਇੱਦਾਂ ਨਹੀਂ ਹੁੰਦੀ ਕਿਉਂਕਿ ਆਪਾਂ ਕੋਈ ਮੂੰਹੋਂ ਚੀਜ਼ ਮੰਗੀ ਹੈ ਜਾਂ ਨਾ ਪੂਰੀ ਹੋਵੇ ਹੈ ਨਾ ਮੇਰੇ ਮਨ 'ਚ ਹੀ ਆ ਮੈਂ ਜਾ ਕੇ ਆਉਣਾ ਇੱਕ ਵਾਰੀ ਕਿਉਂਕਿ ਮੈਂ ਗਿਆ ਨਹੀਂ ਕਿੰਨੀ ਵਾਰੀ ਜਦੋਂ ਵੀ ਆਪਾਂ ਜਾਂਦੇ ਹਾਂ ਦਰਬਾਰ ਸਾਹਿਬ ਮੁੰਡੇ ਨੇ ਮੱਥਾ ਟੇਕ ਕੇ ਮੈਂ ਨਹੀਂ ਗਿਆ ਹੈਗਾ ਮੈਂ ਹੁਣ ਜਾ ਕੇ ਆਉਣਾ